42 ਨੰਬਰ ਸ਼ੋਅ ਹੈ ਜੀ ਵੀਜ਼ਾ ਰੇਡੀਓ ਵਾਸਤੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਬੜਾ ਹੀ ਇੰਪੋਰਟੈਂਟ ਟੌਪਿਕ ਹੈ ਆਨਲਾਈਨ ਕਲਾਸਿਸ। ਆਨਲਾਈਨ ਕਲਾਸਾਂ ਜਿਹਦੇ ਤੋਂ ਸਟੂਡੈਂਟ ਕਦੇ ਭੱਜਦੇ ਸੀਗੇ, ਹੁਣ ਉਹ ਡਿਫਰੈਂਟ ਫਾਰਮ ਦੇ ਵਿੱਚ ਆਈਆਂ, ਉਹਨਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ ਅਤੇ ਉਹਨਾਂ ਦੇ ਕਈ ਫਾਇਦੇ ਵੀ ਦੱਸੇ ਜਾ ਰਹੇ ਨੇ। ਸੋ ਕੀ ਫਾਇਦੇ ਨੇ, ਕੀ ਫਾਇਦਾ ਹੋਊਗਾ ਜੇ ਸਟੂਡੈਂਟ ਆਨਲਾਈਨ ਕਲਾਸ ਲਾਉਂਦੇ ਨੇ ਪ੍ਰੈਜੈਂਟ ਸਿਨੈਰੀਓ ਦੇ ਵਿੱਚ, ਜਿਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਜਨਵਰੀ ਇਨਟੇਕ ਦੀਆਂ ਸੀਟਾਂ ਮਿਲਣੀਆਂ ਵੀ ਮੁਸ਼ਕਲ ਨੇ। ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਆਨਲਾਈਨ ਕਲਾਸਾਂ ਸਟੂਡੈਂਟਸ ਨੂੰ ਲਗਾਉਣ ਦਾ ਵਾਕਈ ਕੀ ਕੋਈ ਫਾਇਦਾ ਹੈਗਾ ਇਸ ਵੇਲੇ? ਦੇਖੋ ਦੀਪਕ ਜੀ, ਪ੍ਰੈਜੈਂਟ ਸਿਚੁਏਸ਼ਨ ਦੇ ਹਿਸਾਬ ਨਾਲ ਜਦੋਂ ਮੈਂ ਗੱਲ ਕਰਾਂ ਤਾਂ ਕੈਨੇਡਾ ਦੇ ਰਿਜ਼ਲਟਸ ਬੜੇ ਜੀ ਮਿਕਸ ਪੈਟਰਨ ਦੇ ਉੱਤੇ ਆ ਰਹੇ ਆ। ਬੜੇ ਲੰਬੇ ਸਮੇਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ। ਹੁਣ ਜਦੋਂ ਆਨਲਾਈਨ ਕਲਾਸ ਦੀ ਗੱਲ ਅੱਜ ਤੋਂ 6 ਮਹੀਨੇ ਪਹਿਲਾਂ ਜਾਂ 10 ਮਹੀਨੇ ਪਹਿਲਾਂ ਕੀਤੀ ਜਾਂਦੀ ਸੀ, ਉਸ ਵੇਲੇ ਕੁਝ ਉਹਦਾ ਐਸਪੈਕਟ ਹੋਰ ਸੀ। ਉਸ ਵੇਲੇ ਸਟੂਡੈਂਟ ਨੂੰ ਲੱਗਦਾ ਸੀ ਵੀ ਹਾਲੇ ਤਾਂ ਮੈਂ ਸਪਟੈਂਬਰ ਇਨਟੇਕ 'ਚ ਫਾਈਲ ਲਾਈ ਆ, ਹਾਲੇ ਮੇਰਾ ਫਰਵਰੀ ਮਾਰਚ ਆ, ਮੈਂ ਇਸ ਟੌਪਿਕ ਬਾਰੇ ਸੋਚਣਾ ਹੀ ਨਹੀਂ ਜਾਂ ਮੈਂ ਡੈਫਰ ਕਰ ਲੂੰਗਾ। ਹੁਣ ਜਦੋਂ ਆਪਾਂ ਸਪਟੈਂਬਰ ਦੇ ਵਿੱਚ ਆਏ ਤਾਂ ਕਈ ਜਗ੍ਹਾ 'ਤੇ ਇੰਸਟੀਟਿਊਸ਼ਨਸ ਨੇ ਆਪ ਮਨਾ ਕਰਤਾ ਕਿ ਅਸੀਂ ਹੁਣ ਆਨਲਾਈਨ ਆਫਰ ਹੀ ਨਹੀਂ ਕਰਦੇ, ਅਸੀਂ ਜਾਂ ਤਾਂ ਤੁਸੀਂ ਡੈਫਰ ਕਰੋ ਅਤੇ ਜਾਂ ਫਿਰ ਤੁਸੀਂ ਸ਼ੁਰੂ ਕਰ ਲਓ ਜੋ ਵੀ ਹੈ ਤੁਹਾਡਾ ਸਿਸਟਮ। ਸੋ ਉਹਦੇ ਵਿੱਚ ਆ ਕੇ ਹੁਣ ਸਟੂਡੈਂਟ ਨੂੰ ਮੈਂ ਆਨਲਾਈਨ ਕਲਾਸ ਦੇ ਦੋ ਬੈਨੀਫਿਟ ਦੱਸਦਾ। ਇੱਕ ਆਪਾਂ ਨਾ ਦੀਪਕ ਜੀ, ਰਿਫਿਊਜ਼ਲ ਦੇ ਵਿੱਚ ਇੱਕ ਬੜੀ ਕਾਮਨ ਜੀ ਲਾਈਨ ਦੇਖਦੇ ਹਾਂ, ਦੈਟ ਯੂਅਰ ਇੰਟੈਂਸ਼ਨਸ ਆਰ ਨੋਟ ਜੈਨੂਇਨ ਟੂ ਸਟੱਡੀ ਇਨ ਕੈਨੇਡਾ। ਸੋ ਜਿਹੜੇ ਸਟੂਡੈਂਟ ਦਾ ਹਾਲ ਦੀ ਘੜੀ ਰਿਜ਼ਲਟ ਨਹੀਂ ਆਇਆ ਉਹਨੂੰ ਦੇ ਦੋ ਬੈਨੀਫਿਟ ਹੈ। ਇੱਕ ਬੈਨੀਫਿਟ ਹੈ ਕਿ ਜੇ ਤਾਂ ਆਪਾਂ ਡੈਫਰਮੈਂਟ ਕਰ ਲਈ ਫਿਰ ਆਪਣਾ ਡਿਲੇ ਹੋਰ ਹੋ ਗਿਆ। ਕਹਿ ਲਓ ਵੀ ਕੋਈ ਸਪਟੈਂਬਰ ਦੇ ਵਿੱਚ ਸੀਗਾ, ਉਹਨੂੰ ਜਨਵਰੀ ਦਾ ਇਨਟੇਕ ਨਹੀਂ ਮਿਲ ਰਿਹਾ ਤਾਂ ਉਹਨੂੰ ਮਈ ਦਾ ਮਿਲ ਰਿਹਾ ਤਾਂ ਉਹ ਹੋਰ ਜ਼ਿਆਦਾ ਵੇਟਿੰਗ 'ਚ ਚਲਾ ਗਿਆ, ਕਿਉਂਕਿ ਹੁਣ IRCC ਨੇ ਉਹਨੂੰ ਪ੍ਰੋਸੈਸ ਉਸ ਅਕੋਰਡਿੰਗਲੀ ਕਰਨਾ ਵੀ ਉਹ ਮਈ ਇਨਟੇਕ 'ਚ ਹੈ 2022 ਦੇ, ਇਹਨੂੰ ਹਾਲੇ ਹੋਲਡ ਕਰ ਲਓ, ਜਿਹੜੀਆਂ ਪ੍ਰੈਜੈਂਟ ਐਪਲੀਕੇਸ਼ਨ ਹੈ ਉਹਨਾਂ ਨੂੰ ਚਲਾਈ ਚੱਲੋ। ਅਤੇ ਜੇ ਉਹ ਕਲਾਸਾਂ ਲਗਾ ਰਹੇ, ਹਾਂਜੀ, ਅਤੇ ਜੇ ਉਹ ਆਨਲਾਈਨ ਕਲਾਸਾਂ ਲਈ ਇਨਰੋਲ ਹੋ ਜਾਂਦਾ, ਰਿਫੰਡ ਪੋਲਿਸੀ ਉਹਦੇ ਫੇਵਰ 'ਚ ਆਉਂਦੀ ਹੈ, ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਬੈਨੀਫਿਟ ਹੈ ਕਿ ਉਹਨੂੰ ਇੱਕ ਪ੍ਰਾਇਰਟੀ ਦੇ ਉੱਤੇ ਜਿਹੜਾ ਉਹਨੂੰ ਪ੍ਰੋਸੀਡ ਕੀਤਾ ਜਾਊਗਾ। ਪ੍ਰਾਇਰਟੀ ਇਨ ਦਾ ਸੈਂਸ ਕਿ IRCC ਇਨਫੋਰਮਡ ਰਹੇਗੀ, ਉਹਦੇ ਵਿੱਚ ਤੁਹਾਨੂੰ ਆਪਣੀ ਐਨਰੋਲਮੈਂਟ ਜਿਹੜੀ ਆ ਉਹ ਅਪਡੇਟ ਕਰਨੀ ਹੈ, ਉਸ ਅਕੋਰਡਿੰਗਲੀ IRCC ਉਸ ਐਪਲੀਕੇਸ਼ਨ ਨੂੰ ਪ੍ਰਾਇਰਟੀ ਬੇਸਿਸ ਦੇ ਉੱਤੇ ਸਰਵ ਕਰੇਗੀ ਦੈਟ ਸਟੂਡੈਂਟ ਇਜ਼ ਐਨਰੋਲਡ, ਦ ਸਟੂਡੈਂਟ ਹੈਜ਼ ਨੋਟ ਡੈਫਰਡ, ਰਾਈਟ। ਇੱਕ ਚੀਜ਼ ਤਾਂ ਇਹ ਆ ਗਈ ਵੀ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਰਿਜ਼ਲਟ ਉਹ ਪ੍ਰਾਇਰਟੀ 'ਤੇ ਆ ਗਿਆ। ਦੂਸਰਾ ਐਸਪੈਕਟ, ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਐਪਲੀਕੇਸ਼ਨ ਲਗਾ ਦਿੱਤੀ, ਉਸ ਤੋਂ ਬਾਅਦ ਆਪਾਂ ਨੂੰ ਕਈ ਵਾਰੀ ਮਿਲਿਆ ਦੀਆਂ ਇੰਟੈਂਸ਼ਨਸ, ਜਦੋਂ ਤੁਸੀਂ ਆਨਲਾਈਨ ਹੀ ਪੜ੍ਹਨ ਲੱਗ ਪਏ, ਤੁਸੀਂ ਇਨਰੋਲ ਹੋ ਗਏ, ਦਿਸ ਮੀਨਸ ਵੀਜ਼ਾ ਆਫੀਸਰ ਕੈਨ ਅੰਡਰਸਟੈਂਡ ਕਿ ਸਟੂਡੈਂਟ ਜੈਨੂਅਨ ਹੈ, ਇਹ ਪੜ੍ਹਨਾ ਚਾਹੁੰਦਾ, ਇਸ ਕਰਕੇ ਇਹਨੇ ਆਊਟ ਆਫ ਦਾ ਟਰੈਕ ਜਾ ਕੇ ਹਾਲ ਦੀ ਘੜੀ ਇਹਨੂੰ ਰਿਜ਼ਲਟ ਵੀ ਨਹੀਂ ਮਿਲਿਆ ਤਾਂ ਇਹਨੇ ਕਲਾਸਾਂ ਸਟਾਰਟ ਕਰਨੀਆਂ, ਇਹ ਆਪਣਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ, ਇਹ ਗੈਪ ਉਹਦੇ ਵਿੱਚ ਐਡ ਨਹੀਂ ਕਰਨਾ ਚਾਹੁੰਦਾ। ਸੋ ਇਹਦੇ ਦੋ ਬਹੁਤ ਹੀ ਪੋਜ਼ਿਟਿਵ ਐਸਪੈਕਟ ਹੈ ਆਨਲਾਈਨ ਕਲਾਸਿਸ ਲਗਾਉਣ ਦੇ। ਜਿਹੜੇ ਸਟੂਡੈਂਟਸ ਨੇ ਹਜੇ ਐਡਮਿਸ਼ਨ ਲੈਣੀ ਹੈ ਉਹ ਵੀ ਕੀ ਆਨਲਾਈਨ ਕਲਾਸਾਂ 'ਚ ਓਪਟ ਕਰਨ ਜਾਂ ਨਾ ਕਰਨ? ਉਹਦੇ 'ਚ ਵੀ ਮੈਂ ਸੁਣਿਆ ਬੜਾ ਬੈਨੀਫਿਟ ਹੋ ਰਿਹਾ ਵਾ ਕਿ ਜੇ ਉਹ ਆਨਲਾਈਨ ਓਪਟ ਕਰ ਲੈਂਦੇ ਨੇ ਤਾਂ ਯੂਨੀਵਰਸਿਟੀਆਂ ਉਹਨਾਂ ਨੂੰ ਐਡਜਸਟ ਕਰ ਲੈਂਦੀਆਂ ਕਿ ਚਲੋ 2 ਮਹੀਨੇ ਆਨਲਾਈਨ ਲਗਾਉਣਗੇ, ਉਸ ਤੋਂ ਬਾਅਦ ਇਹਨਾਂ ਦੀ ਐਡਜਸਟਮੈਂਟ ਹੋ ਜਾਊ, ਇਹੋ ਜਿਹਾ ਵੀ ਕੁਛ ਹੈ? ਦੇਖੋ ਦੀਪਕ ਜੀ, ਜਿਹੜਾ ਸਟੂਡੈਂਟ ਤਾਂ ਹਾਲੇ ਐਡਮਿਸ਼ਨ ਪ੍ਰੋਸੈਸ 'ਚ ਐਂਟਰ ਹੋਣ ਵਾਲਾ, ਉਹਦੇ ਕੋਲ ਆਪਸ਼ਨ ਪਹਿਲਾਂ ਉਹ ਸਿਲੈਕਟ ਕਰ ਸਕਦਾ, ਉਹ ਦੇਖ ਸਕਦਾ ਵੀ ਜਿਸ ਪ੍ਰੋਗਰਾਮ ਦੇ ਵਿੱਚ ਉਹ ਅਪਲਾਈ ਕਰ ਰਿਹਾ ਕੀ ਉਸ ਇਨਟੇਕ ਦੇ ਵਿੱਚ ਕਾਲਜ ਉਹਨੂੰ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਜਾਂ ਉਹਨੂੰ ਆਫਲਾਈਨ ਐਜੂਕੇਸ਼ਨ। ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਟੂਡੈਂਟਸ ਨੂੰ ਇਸ ਵੇਲੇ ਸਮਝਣਾ ਚਾਹੀਦਾ, ਕਿਉਂਕਿ ਹੁਣ ਜਿਹੜੇ ਜਨਵਰੀ 'ਚ ਜਾਣੇ ਆ ਨਾ ਦੀਪਕ ਜੀ, ਅਗਰ ਇਹਨਾਂ ਨੇ ਔਨ ਟਾਈਮ ਬਾਇਓਮੈਟ੍ਰਿਕ ਨਹੀਂ ਕੀਤਾ ਅਤੇ ਜੇ ਜਨਵਰੀ 'ਚ ਉਹਨਾਂ ਦਾ ਪ੍ਰੋਗਰਾਮ ਆਨਲਾਈਨ ਅਵੇਲੇਬਲ ਨਾ ਹੋਇਆ ਤਾਂ ਫਿਰ ਸਪਟੈਂਬਰ ਤੱਕ ਜਾਂ ਮਈ ਤੱਕ ਜਾਣਗੇ ਡੈਫਰ। ਸੋ ਇਸ ਚੀਜ਼ ਨੂੰ ਤੁਸੀਂ ਪਹਿਲਾਂ ਕਨਫਰਮ ਕਰ ਸਕਦੇ ਹੋ। ਹਾਂ, ਗੱਲ ਆ ਗਈ ਵੀ ਜਿੱਥੇ ਆਨਲਾਈਨ ਉਹ ਦੇ ਰਹੇ ਨੇ, ਓਬਵੀਅਸਲੀ ਉਹ ਇੱਕ ਪੁਆਇੰਟ ਨਾਲ ਦੇ ਰਹੇ ਕਿ ਉਹ ਸਟੂਡੈਂਟ ਨੂੰ ਐਡਜਸਟ ਕਰ ਰਹੇ ਕਿ ਅਸੀਂ ਤੁਹਾਨੂੰ ਆਨਲਾਈਨ ਕਲਾਸ ਦੇ ਰਹੇ ਹਾਂ, ਤੁਸੀਂ ਆਓ ਪੜ੍ਹੋ ਸਟਾਰਟ ਕਰੋ। ਮੈਂ ਚਾਹੁੰਦਾ ਤੁਸੀਂ ਆਪਣੀ ਸਲਾਹ ਦਿਓ ਕਿ ਜਨਵਰੀ ਜੇ ਕਿਸੇ ਦਾ ਜਾਂਦਾ ਦਿਖੇ ਕਿ ਆਨਲਾਈਨ ਨਾ ਲੈਣ ਨਾਲ ਫਿਰ ਅੱਗੇ ਉਹ ਡੈਫਰ ਕਰਨਾ ਪੈ ਰਿਹਾ ਤਾਂ ਉਹਦੇ ਨਾਲ ਤਾਂ ਬੈਟਰ ਹੈ ਕਿ ਆਨਲਾਈਨ ਲੈ ਲਵੇ। ਬਿਲਕੁਲ ਜੀ ਦੀਪਕ ਜੀ, ਬਿਲਕੁਲ ਲੈ ਲਵੇ ਕਿਉਂਕਿ ਉਹਦਾ ਟਾਈਮ ਵੇਸਟ ਨਹੀਂ ਹੋਊਗਾ, ਅਦਰਵਾਈਜ਼ ਉਹਨੂੰ ਫਿਰ ਡਿਲੇ 'ਚ ਜਾਣਾ ਪਊ। ਹਾਂ, ਆਨਲਾਈਨ ਕਰਨ ਤੋਂ ਪਹਿਲਾਂ ਪੋਲਿਸੀ ਜ਼ਰੂਰ ਚੈੱਕ ਕਰ ਲਏ ਕਿਉਂਕਿ ਕਈ ਜਗ੍ਹਾ 'ਤੇ ਆਨਲਾਈਨ ਤੋਂ ਬਾਅਦ 1 ਸਮੈਸਟਰ ਦੀ ਐਕਸਟੈਂਸ਼ਨ ਹੈ, ਕਈ ਜਗ੍ਹਾ ਦੇ ਉੱਤੇ 1 ਮਹੀਨੇ ਦੀ ਐਕਸਟੈਂਸ਼ਨ ਹੈ, ਕਈ ਜਗ੍ਹਾ 'ਤੇ ਕੁਝ ਦਿਨਾਂ ਦੀ ਵੀ ਹੈ। ਸੋ ਉਸ ਚੀਜ਼ ਨੂੰ ਜ਼ਰੂਰ ਕ੍ਰੋਸ ਚੈੱਕ ਕਰ ਲੈਣ ਵੀ ਤੁਹਾਡੀ ਫੀਸ ਨਾ ਸਟੱਕ ਹੋ ਜਾਏ ਜਾਂ ਉਹਦੇ ਵਿੱਚ ਨਾ ਕੋਈ ਨੁਕਸਾਨ ਹੋਵੇ, ਇਹ ਚੀਜ਼ ਜ਼ਰੂਰ ਹੈ ਚੈੱਕ ਕਰਨਾ।
ਸੋ ਦੋਸਤੋ ਦੋ ਕੈਟੇਗਰੀ ਦੇ ਸਟੂਡੈਂਟ ਦੋਨਾਂ ਨੂੰ ਜਗਪ੍ਰੀਤ ਜੀ ਨੇ ਸਲਾਹ ਦਿੱਤੀ, ਇੱਕ ਜਿਹੜੇ ਆਲਰੇਡੀ ਅਪਲਾਈਡ ਨੇ, ਇੱਕ ਜਿਹੜੇ ਅਪਲਾਈ ਕਰਨ ਲੱਗੇ ਨੇ ਜਨਵਰੀ ਇਨਟੇਕ ਵਾਸਤੇ। ਫਿਲਹਾਲ ਦੋਨਾਂ ਨੂੰ ਜਗਪ੍ਰੀਤ ਜੀ ਦੇ ਮੁਤਾਬਕ ਫਾਇਦਾ ਹੈ ਜੀ, ਆਨਲਾਈਨ ਕਲਾਸਿਸ ਵਾਸਤੇ ਐਨਰੋਲ ਕਰਦੇ ਨੇ, ਪਰ ਸਾਰੀਆਂ ਚੀਜ਼ਾਂ ਡਬਲ ਚੈੱਕ ਕਰਨ ਤੋਂ ਬਾਅਦ। ਧੰਨਵਾਦ। ਥੈਂਕ ਯੂ ਜੀ।